ਅੱਜ ਪਰ ਮੈਸੇਜ ਫਰੋਮ ਪ੍ਰਿੰਸੀਪਲ ਸੈਕਟਰੀ ਹੈਲਥ ਸੈਕਟਰੀ ਸਰ ਐਂਡ ਕਮਿਸ਼ਨਰ ਆਫ ਫੂਡ ਵੀ ਰਿਸੀਵ ਦਾ ਮੈਸੇਜ ਟੂ ਚੈੱਕ ਦਾ ਸ਼ੋਪ ਨੀਅਰ ਦਾ ਭਗਤ ਸਵੀਟ ਵੀ ਹੈਵ ਟੇਕਿੰਗ ਦਾ ਸੈਂਪਲਸ ਸਰ ਕੀ ਕੀ ਸੈਂਪਲ ਲੈ ਰਹੇ ਹਾਂ ਉਹਦੀ ਡਿਟੇਲ ਬਾਅਦ ਚ ਮਿਲੇਗੀ ਫਿਲਹਾਲ ਉਹ ਸੈਂਪਲਿੰਗ ਹੋ ਰਹੀ ਹੈ ਸਰ ਕੁਛ ਸਮਾਂ ਪਹਿਲਾਂ ਵੀ ਇਸੇ ਦੁਕਾਨ ਤੇ ਜਿਹੜੀ ਆ ਚੈਕਿੰਗ ਕੀਤੀ ਗਈ ਸੀ ਦੇਖਣ ਜਾਇਆ ਸੀਗਾ ਸਤਰੀ ਨੂੰ ਇੱਥੇ ਸਰ ਦੁਬਾਰਾ ਇਸੇ ਦੁਕਾਨ ਤੇ ਚੈਕਿੰਗ ਕੀਤੀ ਕਿ ਉਦੋਂ ਸੈਂਪਲ ਪੂਰੇ ਲਿੱਤੇ ਨਹੀਂ ਗਏ ਸੀ ਸੈਂਪਲ ਪੂਰੇ ਲਿੱਤੇ ਗਏ ਸੀਗੇ ਪਰ ਕਿਸੇ ਨੇ ਦੁਬਾਰਾ ਕੰਪਲੇਂਟ ਕਰ ਦਿੱਤੀ ਹੈ ਤੇ ਇਸ ਕਰਕੇ ਸਾਨੂੰ ਦੁਬਾਰਾ ਉਦੋਂ ਵੀ ਸਰ ਕੋਈ ਸੈਂਪਲ ਸੁੰਪਲ ਫੇਲ ਪਾਇਆ ਗਿਆ ਸੀਗਾ ਨਹੀਂ ਉਹ ਅਜੇ ਭੇਜੇ ਗਏ ਰਿਪੋਰਟ ਆਉਣੀ ਬਾਕੀ ਹੈ ਸਰ ਰਿਪੋਰਟ ਕੀ ਆਏਗੀ ਉਸ ਦੇ ਆਧਾਰ ਤੇ ਜੋ ਵੀ ਬਣਦੀ ਕਰ ਲਈ ਹਾਂ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਨੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਰ ਜੇ ਸਿੰਪਲ ਸਬ ਸਟੈਂਡਰਡ ਆਵੇ ਤੇ ADC ਕੋਡ ਚੱਲਦਾ ਜੇ ਅਨਸੇਫ ਆਵੇ ਤਾਂ CGM ਚ ਲੱਗਦਾ ਕੋਡ ਐਜ ਪਰ ਮੈਸੇਜ ਫਰੋਮ ਪ੍ਰਿੰਸੀਪਲ ਸੈਕਟਰੀ ਹੈਲਥ ਸੈਕਟਰੀ ਸਰ ਐਂਡ ਕਮਿਸ਼ਨਰ ਆਫ ਫੂਡ ਵੀ ਰਿਸੀਵ ਦਾ ਮੈਸੇਜ ਟੂ ਚੈੱਕ ਦਾ ਸ਼ੋਪ ਨੀਅਰ ਦਾ ਭਗਤ ਸਵੀਟ ਵੀ ਹੈਵ ਟੇਕਿੰਗ ਦਾ ਸੈਂਪਲਸ ਸਰ ਕੀ ਕੀ ਸੈਂਪਲ ਸੈਂਪਲ ਲੈ ਰਹੇ ਹਾਂ ਉਹਦੀ ਡਿਟੇਲ ਬਾਅਦ ਚ ਮਿਲੇਗੀ ਫਿਲਹਾਲ ਉਹ ਸੈਂਪਲਿੰਗ ਹੋ ਰਹੀ ਹੈ ਸਰ ਕੁਛ ਸਮਾਂ ਪਹਿਲਾਂ ਵੀ ਇਸੇ ਦੁਕਾਨ ਤੇ ਜਿਹੜੀ ਆ ਚੈਕਿੰਗ ਕੀਤੀ ਗਈ ਸੀ ਦੇਖਣ ਜਾਇਆ ਸੀਗਾ ਸਤਰੀ ਨੂੰ ਇੱਥੇ ਸਰ ਦੁਬਾਰਾ ਇਸੇ ਦੁਕਾਨ ਤੇ ਚੈਕਿੰਗ ਕੀਤੀ ਕਿ ਉਦੋਂ ਸੈਂਪਲ ਪੂਰੇ ਲਿੱਤੇ ਨਹੀਂ ਗਏ ਸੀ ਸੈਂਪਲ ਪੂਰੇ ਲਿੱਤੇ ਗਏ ਸੀਗੇ ਪਰ ਕਿਸੇ ਨੇ ਦੁਬਾਰਾ ਕੰਪਲੇਂਟ ਕਰ ਦਿੱਤੀ ਹੈ ਤੇ ਇਸ ਕਰਕੇ ਸਾਨੂੰ ਦੁਬਾਰਾ ਉਦੋਂ ਵੀ ਸਰ ਕੋਈ ਸੈਂਪਲ ਸੁੰਪਲ ਫੇਲ ਪਾਇਆ ਗਿਆ ਸੀਗਾ ਨਹੀਂ ਉਹ ਅਜੇ ਭੇਜੇ ਗਏ ਰਿਪੋਰਟ ਆਉਣੀ ਬਾਕੀ ਹੈ ਸਰ ਰਿਪੋਰਟ ਕੀ ਆਏਗੀ ਉਸ ਦੇ ਆਧਾਰ ਤੇ ਜੋ ਵੀ ਬਣਦੀ ਕਰ ਲਈ ਹਾਂ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਨੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਰ ਜੇ ਸਿੰਪਲ ਸਬ ਸਟੈਂਡਰਡ ਆਵੇ ਤੇ ADC ਕੋਡ ਚੱਲਦਾ ਜੇ ਅਨਸੇਫ ਆਵੇ ਤਾਂ CGM ਚ ਲੱਗਦਾ ਕੋਡ ਐਜ ਪਰ ਮੈਸੇਜ ਫਰੋਮ ਪ੍ਰਿੰਸੀਪਲ ਸੈਕਟਰੀ ਹੈਲਥ ਸੈਕਟਰੀ ਸਰ ਐਂਡ ਕਮਿਸ਼ਨਰ ਆਫ ਫੂਡ ਵੀ ਰਿਸੀਵ ਦਾ ਮੈਸੇਜ ਟੂ ਚੈੱਕ ਦਾ ਸ਼ੋਪ ਨੀਅਰ ਦਾ ਭਗਤ ਸਵੀਟ ਵੀ ਹੈਵ ਟੇਕਿੰਗ ਦਾ ਸੈਂਪਲਸ ਸਰ ਕੀ ਕੀ ਸੈਂਪਲ ਸੈਂਪਲ ਲੈ ਰਹੇ ਹਾਂ ਉਹਦੀ ਡਿਟੇਲ ਬਾਅਦ ਚ ਮਿਲੇਗੀ ਫਿਲਹਾਲ ਉਹ ਸੈਂਪਲਿੰਗ ਹੋ ਰਹੀ ਹੈ ਸਰ ਕੁਛ ਸਮਾਂ ਪਹਿਲਾਂ ਵੀ ਇਸੇ ਦੁਕਾਨ ਤੇ ਜਿਹੜੀ ਆ ਚੈਕਿੰਗ ਕੀਤੀ ਗਈ ਸੀ ਦੇਖਣ ਜਾਇਆ ਸੀਗਾ ਸਤਰੀ ਨੂੰ ਇੱਥੇ ਸਰ ਦੁਬਾਰਾ ਇਸੇ ਦੁਕਾਨ ਤੇ ਚੈਕਿੰਗ ਕੀਤੀ ਕਿ ਉਦੋਂ ਸੈਂਪਲ ਪੂਰੇ ਲਿੱਤੇ ਨਹੀਂ ਗਏ ਸੀ ਸੈਂਪਲ ਪੂਰੇ ਲਿੱਤੇ ਗਏ ਸੀਗੇ ਪਰ ਕਿਸੇ ਨੇ ਦੁਬਾਰਾ ਕੰਪਲੇਂਟ ਕਰ ਦਿੱਤੀ ਹੈ ਤੇ ਇਸ ਕਰਕੇ ਸਾਨੂੰ ਦੁਬਾਰਾ ਉਦੋਂ ਵੀ ਸਰ ਕੋਈ ਸੈਂਪਲ ਸੁੰਪਲ ਫੇਲ ਪਾਇਆ ਗਿਆ ਸੀਗਾ ਨਹੀਂ ਉਹ ਅਜੇ ਭੇਜੇ ਗਏ ਰਿਪੋਰਟ ਆਉਣੀ ਬਾਕੀ ਹੈ ਸਰ ਰਿਪੋਰਟ ਕੀ ਆਏਗੀ ਉਸ ਦੇ ਆਧਾਰ ਤੇ ਜੋ ਵੀ ਬਣਦੀ ਕਰ ਲਈ ਹਾਂ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਨੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਰ ਜੇ ਸਿੰਪਲ ਸਬ ਸਟੈਂਡਰਡ ਆਵੇ ਤੇ ADC ਕੋਡ ਚੱਲਦਾ ਜੇ ਅਨਸੇਫ ਆਵੇ ਤਾਂ CGM ਚ ਲੱਗਦਾ ਕੋਡ देश दुनिया की हर खबर सबसे पहले देखने के लिए फॉलो करें दैनिक सवेरा TV यूट्यूब फेसबुक इंस्टाग्राम एक्स और व्हाट्सएप चैनल पर।